ਯਾ ਬਾਬਾ ਪਿੱਟਰ ਸਰਕਾਰ, ਯਾ ਗਾਰੇ ਵਾਲੀ ਸਰਕਾਰ, ਸਿੱਬੇ ਸ਼ਰੀਫ ਦੇ ਰਹਿਣ ਵਾਲਿਆ, ਯਾ ਬੇਈਮਾਨੀ ਤੇਰਾ ਆਸਰਾ, ਯਾ ਫਰੀਦ ਹੱਕ ਸਾਡੀ ਬੇੜੀ ਤੱਕ ਜੂਲੇ ਲਾਲ ਲਿਆ, ਖੁਸ਼ੀਆਂ ਤੇ ਗਮ ਟਾਲ, ਥੱਲੇ ਰੋਟੀ ਉੱਤੇ ਦਾਲ, ਦੇ ਰੁਪਈਏ ਤੇ ਵੇਖ ਕਮਾਲ। ਬਾਬਾ ਸਾਧੂ ਸੰਤ ਫਕੀਰ, ਬਾਬਾ ਜੋ ਕਹਿੰਦਾ ਹੋ ਜਾਂਦਾ, ਹੋ ਜਾਂਦਾ ਬਾਬਾ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ ਬੱਚਿਆ। ਓ ਮੁਰੀਦਾ ਅੱਗੇ ਆ ਜਾ, ਆਪਣੀ ਮੁਸ਼ਕਲ ਦੱਸ, ਪਰੇਸ਼ਾਨੀ ਦੱਸ, ਤੇਰੀ ਪਰੇਸ਼ਾਨੀ ਕੀ ਹੈ? ਬਾਬਾ ਜੀ ਤੁਹਾਡਾ ਨਾਮ ਬੜਾ ਸੁਣਿਆ, ਮੈਂ ਲੋਕਾਂ ਨੇ ਮਸ਼ਵਰੇ ਦਿੱਤੇ, ਜੋ ਬਾਬੇ ਕੋਲ ਬਾਬੇ ਦੀ ਹਰ ਗੱਲ ਪੂਰੀ ਹੋ ਜਾਂਦੀ। ਮੈਂ ਇਸ ਵਜ੍ਹਾ ਤੋਂ, ਮੈਂ ਕਿਹਾ ਬਾਬਾ ਜੀ ਮੇਰੇ ਕੋਲ ਔਲਾਦ ਕੋਈ ਨਹੀਂ ਹੈਗੀ। ਬੱਚਿਆ ਇੱਕ ਗੱਲ ਯਾਦ ਰੱਖੀ, ਨਕਲੀ ਨਾਮਾ ਤੂੰ ਹੁਸ਼ਿਆਰ ਨਹੀਂ, ਸਾਡੀ ਸਿਰਫ ਇੱਕ ਹੀ ਬ੍ਰਾਂਚ ਹੈ, ਹੋਰ ਕੋਈ ਬ੍ਰਾਂਚ ਨਹੀਂ ਹੈ, ਸਾਡੇ ਨਾਮ ਦੀਆਂ ਮਿਲਦੀਆਂ ਜੁਲਦੀਆਂ ਹੋਰ ਵੀ ਬੜੀਆਂ ਬ੍ਰਾਂਚਾਂ ਨੇ। ਬੱਚਿਆ ਹੁਣ ਤੂੰ ਸਹੀ ਬ੍ਰਾਂਚ ਤੇ ਆ ਗਿਆ, ਤੇਰੀ ਮੁਸ਼ਕਲ ਹੱਲ ਹੋ ਜਾਏਗੀ। ਬੋਲ ਬੱਚਿਆ ਤੇਰੀ ਕੀ ਪਰੇਸ਼ਾਨੀ ਹੈ? ਬਾਬਾ ਜੀ ਔਲਾਦ ਕੋਈ ਨਹੀਂ। ਔਲਾਦ ਕੋਈ ਨਹੀਂ? ਦੇ ਗੁੜ ਦੀ ਰੋੜੀ ਤੇ ਲੈ ਪੁੱਤਰਾਂ ਦੀ ਜੋੜੀ, ਦੇ ਰੱਤਾ ਲਾਲ ਕੁੱਕੜ ਤੇ ਲੈ ਰੱਤਾ ਲਾਲ ਪੁੱਤਰ। ਕਮ ਅਜ਼ ਕਮ 5-6 ਬੱਚੇ ਹੋਣੇ ਚਾਹੀਦੇ। ਬੱਚਿਆ ਪਹਿਲੇ ਸਾਡੇ ਕੋਲ ਇੱਕ ਮੁਰੀਦ ਆਇਆ ਸੀ, 50 ਸਾਲ ਤੋਂ ਔਲਾਦ ਨਹੀਂ, ਅਸੀਂ ਉਹਨੂੰ ਦਵਾ ਦਿੱਤੀ ਏ, ਅੱਜ ਉਹਦੇ ਕੋਲ 48 ਬੱਚੇ। ਉਹਨਾਂ ਦੇ 12 ਬੱਚੇ ਹੈ, ਇੱਕ ਦੇ ਨੀਲੇ ਕੱਪੜੇ, ਇੱਕ ਦੇ ਖੱਟੇ, ਇੱਕ ਦੇ ਸਾਵੇ, ਇੱਕ ਦੇ ਪੀਲੇ। ਬੱਚਿਆ ਤੈਨੂੰ ਇਹ ਬੱਚਾ ਦੇ ਦਈਏ? ਉਹ ਨਹੀਂ, ਅੱਲਾ ਤੈਨੂੰ ਇਹਦੇ ਜਿੱਡਾ ਪੁੱਤਰ ਦੇਵੇਗਾ, ਸਾਰੀ ਜ਼ਿੰਦਗੀ ਜ਼ਲੀਲ ਹੋਵੇਗਾ ਬੱਚਿਆ, ਫਿਰ ਰਾਜ਼ੀ ਰਹੇਗਾ। ਅਗਲੀ ਪਰੇਸ਼ਾਨੀ ਬੋਲ। ਬਾਬਾ ਜੀ ਕਮ ਅਜ਼ ਕਮ 50 ਬੱਚਾ। ਉਹ ਨਹੀਂ ਬਾਬਾ ਜੀ, ਉਹ ਕੁਛ ਨਹੀਂ ਹੁੰਦਾ, ਹਿੰਮਤ ਕਰ, ਅਗਲੀ ਪਰੇਸ਼ਾਨੀ ਬਿਆਨ ਕਰ। ਬਾਬੇ ਅਸਲਮ ਜਲਾਲ ਦੇ ਵਿੱਚ ਨੇ, ਜੋ ਕਹੇਗਾ ਹੋ ਜਾਏਗਾ, ਕਿਉਂਕਿ ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਹੋ ਜਾਂਦਾ। ਤੁਹਾਡਾ ਨਾਮ ਹੀ ਬੜਾ ਸੁਣਿਆ ਬਾਬਾ ਜੀ, ਤੁਹਾਡਾ ਬੜਾ ਨਾਮ ਹੈ ਜੀ। ਸਾਡਾ ਨਾਮ ਬੜੀ ਦੂਰ ਦੂਰ ਤੱਕ ਮਸ਼ਹੂਰ ਹੈ ਬੱਚਾ, ਬਾਬੇ ਐਵੇਂ ਨਹੀਂ ਤਿਆਰ ਹੋ ਜਾਂਦੇ, ਇੱਕ ਲਾਤੇ ਖਲੋ ਕੇ ਚਿੱਲੇ ਕਰਨੇ ਪੈਂਦੇ ਨੇ, ਤਪਦੀਆਂ ਰੇਤਾਂ ਤੇ ਜੁੱਤੀਆਂ ਲਾ ਕੇ ਚਿੱਲੇ ਕਰਨੇ ਪੈਂਦੇ ਨੇ, ਠੰਡੇ ਪਾਣੀਆਂ 'ਚ ਖਲੋ ਕੇ ਚਿੱਲੇ ਕਰਨੇ ਪੈਂਦੇ ਨੇ, ਬਾਬੇ ਐਵੇਂ ਨਹੀਂ ਤਿਆਰ ਹੋ ਜਾਂਦੇ ਬੱਚਾ। ਅਸੀਂ ਬਾਬੇ ਪਹੁੰਚੇ ਬਾਬੇ ਆ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ। ਯਾ ਬੱਚਿਆ ਕੋਈ ਹੋਰ ਪਰੇਸ਼ਾਨੀ ਹੈ ਤੂੰ ਦੱਸ। ਬਾਬਾ ਜੀ ਬਹੁਤ ਬੜੀ ਆਂਦੀ ਪਈ ਹੈ। ਬਾਬਾ ਕੋਲ ਤੈਨੂੰ ਬਹੁਤ ਬੜੀ ਆਂਦੀ, ਬਾਬਾ ਜੀ ਬਹੁਤ ਬੜੀ ਆਂਦੀ ਪਈ। ਬਾਬਾ ਜੀ ਨਾਂਦੇ ਕੋਈ ਨਾ? ਨਹੀਂ ਜੀ ਨਹੀਂ। ਬਾਬਾ ਬਾਬਾ 3 ਸਾਲ ਹੋ ਗਏ ਨਹੀਂ ਨਾਤਾ, ਇਹ ਵੀ ਇੱਕ ਚਿੱਲਾ ਹੈ। ਯੈਸ ਬਹੁਤ ਆ ਰਹੀ ਬਾਬਾ ਜੀ, ਮੈਨੂੰ ਵੀ ਆ ਰਹੀ ਹੈ, ਤੁਹਾਨੂੰ ਵੀ ਆ ਰਹੀ ਹੈ। ਬਾਬਾ ਜੀ ਕਿਉਂ ਨਹੀਂ ਨਾਂਦੇ? ਕੋਈ ਨਹੀਂ ਬੱਚਿਆ, ਤੂੰ ਚੇਲਾ ਨਵਾਂ, ਹੌਲੀ ਹੌਲੀ ਤੇਰੀ ਬਹੁ ਮਰ ਜਾਏਗੀ ਬੱਚਿਆ। ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ। ਹੋਰ ਕੋਈ ਪਰੇਸ਼ਾਨੀ ਦੱਸ ਬਾਬਾ ਜੀ? ਅੱਜ ਕੱਲ ਚੋਰੀਆਂ ਡਕੈਤੀਆਂ ਬੜੀਆਂ ਹੋ ਰਹੀਆਂ, ਮੈਂ ਬੜਾ ਪਰੇਸ਼ਾਨ ਹੈਗਾ। ਅੱਗੇ ਈਦ ਆ ਰਹੀ ਹੈ, ਅੱਗੇ ਬੱਕਰੇ ਰੱਖੇ ਸੀ, ਚੋਰ ਲੈ ਗਏ, ਹੁਣ ਕੋਈ ਮਿਹਰਬਾਨੀ ਕਰੋ, ਐਸਾ ਕੋਈ ਦਮ ਦਰੂਦ ਪੜੋ, ਕੋਈ ਐਸਾ ਤਵੀਜ਼ ਦਿਓ ਕਿ ਚੋਰੀਆਂ ਡਕੈਤੀਆਂ ਖਾਸ ਮੇਰੀਆਂ ਤਾਂ ਨਾ ਹੋਣ। ਬੱਚਿਆ ਬਾਬੇ ਸਭ ਜਾਣਦੇ ਨੇ, ਬਾਬੇ ਦਿਲ ਦੀਆਂ ਵੀ ਜਾਣਦੇ ਨੇ, ਪਰ ਬੱਚਿਆ ਤੂੰ ਇੰਜ ਕਰ, ਇੱਕ ਛੋਟਾ ਜਿਹਾ ਕੁੱਤਾ ਛੁੱਤਾ ਰੱਖ ਲੈ। ਉਹ ਬਾਬਾ ਜੀ ਸਾਡੇ ਵਾਸਤੇ ਸਾਰਾ ਕੁਝ ਤੁਸੀਂ ਜੇ। ਬਾਬੇ ਸਭ ਜਾਣਦੇ ਨੇ, ਬਾਬੇ ਦਿਲ ਦੀਆਂ ਵੀ ਜਾਣਦੇ ਨੇ, ਬਾਬੇ ਪਹੁੰਚੇ ਬਾਬੇ ਨੇ। ਜਾ ਬੱਚਿਆ, ਅਸੀਂ ਤੇਰੇ ਲਈ ਦੁਆ ਕਰਾਂਗੇ, ਤੈਨੂੰ ਫੈਜ਼ ਹੋਏਗਾ, ਤੇਰੀ ਹਰ ਮੁਰਾਦ ਪੂਰੀ ਹੋਏਗੀ। ਜਾ ਬੱਚਿਆ, ਤੇਰੇ ਲਈ ਅਸੀਂ ਦੁਆ ਕਰ। ਬਾਬਾ ਜੀ ਦੁਆ। ਬਾਬੇ ਸਾਧੂ ਸੰਤ ਫਕੀਰ, ਬਾਬੇ ਪਹੁੰਚੇ ਹੋਏ ਬਾਬੇ ਨੇ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਹੋ ਜਾਂਦਾ, ਹੋ ਜਾਂਦਾ, ਹੋ ਜਾਂਦਾ, ਬਾਬੇ ਜੋ ਕਹਿੰਦੇ ਨੇ ਹੋ ਜਾਂਦਾ, ਹੋ ਜਾਂਦਾ। ਓ ਮਰੀਦਾ ਜਲਦੀ ਆ ਬਾਬਾ ਏ ਕੋਲ, ਅਸੀਂ ਬਾਬੇ ਨੇ ਅਗਲਾ ਪਿੰਡ ਵੀ ਕਰਨਾ। ਮੈਂ ਬਹੁਤ ਪਰੇਸ਼ਾਨ ਆ ਜੀ। ਬੱਚਿਆ ਕੀ ਪਰੇਸ਼ਾਨੀ ਹੈ, ਕੀ ਮੁਸ਼ਕਲ ਹੈ? ਬਾਬੇ ਨੂੰ ਦੱਸ ਹੈਗਾ, ਬਾਬੇ ਕੋ ਵਾਇਰਲੈਸ ਹੈ ਕੀ? ਜਲਦੀ ਦੱਸ। ਬਾਬਾ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ, ਪੈਰਾਂ 'ਚ ਖਾਰਸ਼ ਬਹੁਤ ਆਉਂਦੀ ਹੈ, ਸੇਕ ਵੀ ਨਿਕਲਦਾ, ਸੇਕ ਵੀ ਨਿਕਲਦਾ। ਬਾਬੇ ਦਿਲ ਦੀਆਂ ਵੀ ਜਾਣਦੇ ਨੇ, ਬਾਬੇ ਸਭ ਜਾਣਦੇ ਨੇ ਬੱਚਿਆ। ਹਾਂਜੀ, ਤਵੀਤ ਦਿਓ ਬਾਬਾ ਜੀ ਇਹਨੂੰ ਜ਼ਰਾ ਚੰਗਾ ਜਿਹਾ ਕੋਈ। ਬਾਬੇ ਦੀਆਂ ਕੁੰਜੀਆਂ, ਮਿਰਜ਼ੇ ਦੇ ਤੀਰ, ਮੁਕੜਾ ਬੰਨ ਕਲੇਜਾ ਚੀਰ, ਸੁੱਤੀ ਨੂੰ ਜਗਾ, ਬੈਠੀ ਨੂੰ ਅਗਲਾ, ਸ਼ਾਹੇ ਮੁਰਦਾ ਇਸ ਨੂੰ ਬੁਲਾ। ਬੱਚਿਆ ਤੇਰੀ ਮਰਜ਼ ਅਸੀਂ ਜਾਣ ਗਏ। ਅੱਛਾ, ਤੇਰੇ ਗਿੱਟਿਆਂ ਦੇ ਵਿੱਚ ਗਰਮੀ ਹੈ, ਅੱਛਾ, ਤੇ ਹਲਕੀ ਹਲਕੀ ਕਬਜ਼ ਵੀ ਹੈ। ਅੱਛਾ ਬੱਚਿਆ, ਤੂੰ 7-Up ਦੀਆਂ ਬੋਤਲਾਂ ਦੇ ਨਾਲ ਪੈਰ ਧੋਇਆ ਕਰ, ਤੇਰੀ ਗਰਮੀ ਦੂਰ ਹੋ ਜਾਏਗੀ, ਰਾਤ ਨੂੰ ਸਕੂਨ ਦੀ ਨੀਂਦ ਸਮੇਂ ਤੇ ਬਾਬੇ ਨੂੰ ਦਵਾ ਦੇ ਦੇਵੀਂ। ਜਾ ਬੱਚਿਆ, ਤੇਰਾ ਹੱਲ ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ। ਸਵੇਰ ਟਾਈਮ ਕੋਠੇ ਤੇ ਖਲੋ ਕੇ ਇਹ ਵੀ ਕਰਨਾ। ਜਿੰਨਾ ਤੇਜ਼ ਕਰੇਗਾ ਬੱਚਿਆ, ਜਿੰਨਾ ਤੇਜ਼ ਕਰੇਗਾ, ਉਨੀ ਜਲਦੀ ਤੈਨੂੰ ਸ਼ਫਾ ਹੋਏਗੀ। ਹੋਰ ਕੋਈ ਪਰੇਸ਼ਾਨੀ ਤੇ ਦੱਸ ਬੱਚਿਆ। ਬਸ ਮਿਹਰਬਾਨੀ। ਜਾ ਬੱਚਿਆ, ਐਵੇਂ ਵੀ ਕਰਨਾ ਹੀ, ਐਵੇਂ ਐਵੇਂ ਵੀ, ਠੀਕ ਹੈ? ਜਿੰਨਾ ਤੇਜ਼ ਕਰੇਗਾ ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬੇ ਨੇ ਕਹਿੰਦਾ ਹੋ ਜਾਂਦਾ, ਹੋ ਜਾਂਦਾ, ਹੋ ਜਾਂਦਾ।
ਬਾਬੇ ਸਾਧੂ ਸੰਤ ਫਕੀਰ ਬਾਬੇ ਪਹੁੰਚੇ ਹੋਏ ਬਾਬੇ ਨੇ ਬਾਬੇ ਜੋ ਕਹਿੰਦੇ ਨੇ ਹੋ ਜਾਂਦਾ ਹੈ ਬਾਬੇ ਜੋ ਕਹਿੰਦੇ ਨੇ ਹੋ ਜਾਂਦਾ ਹੈ ਹੋ ਜਾਂਦਾ ਹਾਲੀ ਬਾਬੇ ਨੇ ਕੱਲ ਕਿਹਾ ਸੀ ਕਦ ਹੋ ਗਈ ਬਾਬੇ ਜੋ ਕਹਿੰਦੇ ਨੇ ਹੋ ਜਾਂਦਾ ਹੈ ਬਾਬੇ ਜੋ ਆਜਾ ਪੁੱਤਰਾ ਕੀ ਆ ਜਲਦੀ ਆ ਬਾਬੇ ਨੇ ਅਗਲਾ ਪਿੰਡ ਵੀ ਕਰਨਾ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਮੇਰੇ ਬਾਈ ਤੇ ਸਾਇਆ ਬਾਬਾ ਜੀ ਬੜੇ ਪੀਰਾਂ ਕੋਲ ਗਏ ਬਾਬਾ ਜੀ ਤੁਹਾਡਾ ਨਾਂ ਸੁਣਿਆ ਬੜਾ ਤੁਹਾਡਾ ਨਾਂ ਸੁਣਿਆ ਬਾਬਾ ਜੀ ਸਾਨੂੰ ਕੁਝ ਦਿਓ ਮਰਜ਼ ਬਸ ਬੱਚਿਆ ਬਸ ਅਸੀਂ ਸਭ ਜਾਣਨੇ ਆ ਅਸੀਂ ਦਿਲ ਦੀਆਂ ਵੀ ਜਾਣਨੇ ਆ ਬੱਚਿਆ ਬੜੇ ਬੜੇ ਪੀਰਾਂ ਕੋਲ ਗਿਆ ਤੈਨੂੰ ਫੈਜ਼ ਨਹੀਂ ਪਿਆ ਸਾਡੇ ਕੋਲ ਆ ਗਿਆ ਬੱਚਿਆ ਜੇ ਬਾਬੇ ਖਾਲੀ ਹੋ ਜਾਣ ਜੋਲੀ ਕਦੇ ਨਹੀਂ ਖਾਲੀ ਜਾਣ ਦਿੱਤੀ ਬੱਚਿਆ ਕਰਦੇ ਆ ਗਏ ਬਾਬੇ ਜੋ ਕਹਿੰਦੇ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਬਾਬਾ ਸਾਧੂ ਸੰਤ ਫਕੀਰ ਬਾਬਾ ਸਾਧੂ ਸੰਤ ਫਕੀਰ ਬਾਬਾ ਜੀ ਸਾਇਆ ਰਾਤ ਨੂੰ ਮੰਜੇ ਤੇ ਪਿਆ ਪਿਆ ਛਾਲਾ ਮਾਰਦਾ ਬਾਬਾ ਜੀ ਸਾਇਆ ਹੈਗਾ ਇਹਦੇ ਤੇ ਅੱਛਾ ਹਾਂਜੀ ਦੱਸ ਦਿਆ ਗਿਆ ਅਸੀਂ ਤੈਨੂੰ ਇਹਦੇ ਤੇ ਚੁੜੇਲ ਹਾਜ਼ਰ ਹੋਈ ਹੋਈ ਹੈ ਬੱਚਿਆ ਇਹਦੇ ਵਾਸਤੇ ਬੜੇ ਬੜੇ ਚਿੱਲੇ ਕਰਨੇ ਪੈਂਦੇ ਨੇ ਬੜੇ ਬੜੇ ਖਰਚੇ ਹੁੰਦੇ ਨੇ ਬੱਚਿਆ ਲੇਕਿਨ ਅਸੀਂ ਤੇਰਾ ਕੰਮ ਕਰ ਦਿਆਂਗੇ ਬਾਬਾ ਜੀ ਪਿੰਡ ਦਾ ਕੁੱਤਿਆਂ ਪਿੱਛੇ ਨੱਸ ਪੈਂਦਾ ਬਾਬਾ ਜੀ ਹਾਜ਼ਰੀ ਕਰਨੀ ਪੈਣੀ ਬੱਚਿਆ ਇਹਦੇ ਤੇ ਹਾਜ਼ਰੀ ਕਰਨੀ ਕਰੋ ਕਰੋ ਬਾਬਾ ਜੀ ਕਰੋ ਬੱਚਿਆ ਜਦੋਂ ਹਾਜ਼ਰ ਹੋਵੇ ਤੇ ਜ਼ਰਾ ਤਗੜਾ ਹੋ ਕੇ ਰਹਿਣਾ ਤਗੜਾ ਹੋ ਕੇ ਮੈਂ ਤਗੜਾ ਕਰੋ ਤੁਸੀਂ ਹਾਜ਼ਰੀ ਕਰੋ ਭਾਵੇਂ ਰਜਿਸਟਰ ਪੂਰਾ ਕਰ ਦਿਓ ਤਗੜਾ ਹੋ ਜਾ ਬੱਚਿਆ ਤਗੜਾ ਗੁੜ ਬਣਾ ਕੇ ਲੱਕੜੀ ਗੁੜ ਦਾ ਦੇਵਾ ਤੂੰ ਪੈਰ ਮਲਦੀ ਆਵੇ ਤੂੰ ਪੈਰ ਤੇ ਵਾਰ ਮਰਾਉ ਬਾਈ ਮਾਨੇ ਕੋਲ ਕਾਮ ਕਾਮ ਹੱਡ ਵਸਵਾਨ ਕੀ ਮੱਟੀ ਫਲਾਕੋ ਐਸੇ ਲੱਗੇ ਜੈਸੇ ਕੜੀ ਕਮਾਨ ਕਾ ਤੀਰ ਨਾ ਉੱਠਿਆ ਸੁੱਕ ਨਾ ਬੈਠਿਆ ਸੁੱਕ ਉੱਠ ਕੇ ਵੇਖਿਆ ਮਾਰਾ ਵੋ ਕਾਵੇ ਤਾਂ ਛੁੱਟੇ ਨਹੀਂ ਤਾਂ ਪਈ ਦਾ ਹਕਲੇ ਜਾਂ ਪੁੱਟੇ ਆ ਬਈ ਕੌਣ ਹੈ ਤੂੰ ਮੈਂ ਮਕੜ ਦੀ ਕੜਾਈ ਖਾ ਗਿਆ ਸੀ।